की सोची जानी है बैठी, कौन सोचदी है ओदे बारे? तू भैने मैं ओदे बारे नहीं सोचदी। होर की सोचदी है? मैं तो मेरे जवाकों बारे सोचदी हाँ, भी जवाकों ने पता नहीं रोटी खाधी हो कि ना खाधी हो। तेरी खवाती हो, ऐवें फिक्र करी जानी आ। भैने जे जवाकों का फिक्र मैनू ना होगा ते होर किनू होगा? नी किन्नी ओ नशे खांदा, किन्नियां गोलियां खांदा, कोटदा मारदा, हजे भी तू ओदे बारे सोचदी आ? ओदे बारे नहीं सोचदी, न्याणियां बारे सोचदी आ। न्याणे तां मेरे बिना एक मिंट जी नहीं लाउंदे। न्याणे इत्थे दिया फिर दस, हुण मैं तां ही देखदी आ भैणे। जे तां ओह आ गया देख अज कल च फिर तां ठीक आ, नहीं मैं तां चुन्नी चकना भाग जाणा। मैं नहीं जवाकां बिना रह सकदी। तू कामली होईयां गी, ऐवीं ओदे पिछे लगी जानी आ गी। मेरी गल सुन, चुप करके जवाक इत्थे लिया, कोई फिकर नहीं फाकन नहीं, इन्हें गोले गप्पे खांदा वा तू ओदे नाल रहेगा। इन्नी सोहनी सनकी ओह किथे। ओहो जी, बंदा लड़दा सौ लड़दा, घर दे विच सौ लड़ाइयां हुंदियां। सियाणे कहिंदे ने जिथे चार भांडे उथे खड़कदे ही ने, पर आए घर भी नहीं छड्डिया जांदा ना। नहीं छड्ड परां ओह घर नूं, आ भी तेरा घर ही आ, चुप करके ब्याह होर करा लई, आपां नूं कड़ा मुंडिया दा घट आ। है भैणे तू आ किहे जिहियां गल्लां करी जानी आ, आ घर भी मेरा मैं मानदी आ, पर हुण ओह घर भी मेरा गा, तुसीं मैनूं व्याह के तोरिया, कोई मैं ही थोड़ी बागी उत्थे। नाले भैणे अज तां तू आ गल करती भी तैनूं व्याह के तोर दांगे, आ व्याह कराउणे किते सौखे नहीं पाए बार बार, नाले सुख ना हुण तां मेरे न्याणे ने ना, हुण भी मैं व्याह कराउंदी चंगी लगदी आ भला। नहीं कोई ना, छोटे छोटे आ न्याणे, अगला दूजा जी ना दूजा व्याह कराएंगी, दूजा ले जूगा। लै नी भैणे जिहे जे तेरे लक्षण आ ना, मैं तो ऐ लगता दूजे दे भी तू जान तो पहला तलाक करा देगी। तू तो किदां दी पुठियां गल्लां करदी है? मैं तैनूं सही रह गिन्नी आ, आ हत्थ बन्ने बस कर जा तू, ओ बस कर जा भैणे बस कर जा, मैनू नहीं इहो जिहियां गल्लां दी लोड़ हैगी, मैं तां आपदे घरे ठीक है। तेरे पुठियां गल्लां करन आईयां ਇੱਥੇ ਕੀ ਕਰਨ ਆਈਆਂ? ਤੇਰੇ ਤੇ ਮੇਰੇ ਪੇਕਿਆਂ ਦਾ ਘਰ ਹੈ, ਲੜਾਈ ਹੋ ਗਈ ਸੀ ਕੋਲ ਖਾਸ ਇੱਤਰ ਉਹਦੇ ਕੋਲ ਜਿੰਨੇ ਖਾਣੇ ਆ। ਉਹੀ ਗੱਲ ਆ, ਤੂੰ ਤਾਂ ਮਸਲਾ ਸੁਲਝਾ ਹੁੰਦੇ ਨਹੀਂ, ਸਾਡੇ ਕੋਲ ਤਾਂ ਨਸਣਾ ਵਗ ਜਾ ਉਹਦੇ ਕੋਲੇ। ਹੈ ਭੈਣੇ ਤੂੰ ਆ ਕਿਹੜੀ ਗੱਲ ਕਰਤੀ ਵੀ ਇੱਥੋਂ ਵਗ ਜਾ, ਮੇਰਾ ਕਿਹੜਾ ਜੀ ਕਰਦਾ ਸੀਗਾ ਵੀ ਮੈਂ ਤੁਹਾਡੇ ਕੋਲੇ ਆ ਕੇ ਰੋਣਾ ਰੋਵਾਂ, ਇਹ ਤਾਂ ਮੇਰੀ ਮਾੜੀ ਕਿਸਮਤ ਆ, ਤੇ ਉਹਨੇ ਮੈਨੂੰ ਕੁੱਟ ਕੇ ਕੱਢਿਆ ਤਾਂ ਮੈਂ ਇੱਥੇ ਆਈ, ਨਾਲੇ ਧੀਆਂ ਦਾ ਜ਼ੋਰ ਪੇਕਿਆਂ ਤੱਕ ਹੁੰਦਾ। ਚੱਕ ਚੁੰਨੀ ਵਗ ਜਾ ਉਹਦੇ ਕੋਲੇ। ਕੋਈ ਨੀ ਵਗ ਜੂਗੀ ਜੇ ਤੈਨੂੰ ਮੈਂ ਬੁਰੀ ਲੱਗਦੀ ਆ। ਹਾਂ ਨੀ ਮੇਰੀ ਗੱਲ ਸੁਣ ਲਈ, ਇੱਥੇ ਗਰਮੀ ਜੀ ਲੱਗੀ ਜਾਂਦੀ ਹੈ ਤੇ ਆਪਾਂ ਉਹ ਉੱਥੇ ਵਿਹੜੇ 'ਚ ਜਾ ਕੇ ਬੈਠੀਏ। ਚੱਕ ਲੈ ਨਾਲ ਤਾਂ ਕਹਿੰਦੀ ਵਗ ਜਾ, ਹਜੇ ਕਹਿੰਦੀ ਉਹ ਵਿਹੜੇ 'ਚ ਜਾ ਕੇ ਬੈਠੀਏ। ਹੁਣ ਲੜਦੇ ਹੀ ਹੁੰਦੇ ਨੇ ਆ, ਨੀ ਇੱਥੇ ਜੇ ਬਹਿਣੇ, ਉਰੇ ਆ ਜਾ, ਇੱਥੇ ਆ ਨੀ ਸ਼ਿਓ ਜੀ, ਹਵਾ ਜੀ ਮਾੜੀ ਜੀ ਲੱਗਦੀ ਹੈਗੀ। ਉਰੇ ਡਾਲਾ, ਉਰੇ ਡਾਲਾ ਮਿੰਦੋ, ਉਰੇ ਡਾਲਾ। ਨੀ ਮੇਰੀ ਗੱਲ ਸੁਣ ਨੀ, ਤੂੰ ਟੈਂਸ਼ਨ ਟੂਸ਼ਨਾਂ ਨੂੰ ਮਾਰ ਗੋਲੀ, ਐਸ਼ ਕਰ ਤੂੰ ਆਪਦੀ ਇੱਥੇ। ਨੀ ਭੈਣੇ ਆ ਜਿਹੜੇ ਹਿਸਾਬ ਨਾਲ ਤੂੰ ਐਸ਼ ਕਰਨ ਦੀਆਂ ਗੱਲਾਂ ਕਰਦੀਆਂ ਨਾ, ਮੈਨੂੰ ਨੀ ਲੱਗਦਾ ਵੀ ਤੂੰ ਆਪਦਾ ਘਰ ਘੁਰ ਬਸਾਏਗੀ, ਤੂੰ ਤਾਂ ਇਸੇ ਫੁਕਰੀਆਂ 'ਚ ਰਹੇਗੀ। ਹਾਂ ਮੈਂ ਨਹੀਂ ਵਿਆਹ ਕਰਾਉਂਦੀ, ਆਪਾਂ ਤਾਂ ਇੱਥੇ ਹੀ ਰਹਾਂਗੇ ਉਹਦੇ ਮਾਂ ਪਿਓ ਕੋਲੇ। ਹੈ ਭੈਣੇ ਸੱਚੀ ਹੀ ਵਿਆਹ ਕਰਾਉਂਦੀ? ਮੈਂ ਨਹੀਂ ਕਰਾਉਂਦੀ, ਮੈਂ ਤਾਂ ਇੱਥੇ ਹੀ ਰਹੂੰ। ਤੂੰ ਫਿਰ ਤੂੰ ਐਂ ਕਰ, ਜਿਹੜੇ ਆ ਕਾਂਟੇ ਬੇਬੇ ਵਾਲੇ ਪਾਈ ਫਿਰਦੀ ਆ ਇਹ ਮੈਨੂੰ ਦੇ ਦੇ, ਮੈਂ ਸੁੱਖ ਨਾ ਆਪਦੇ ਘਰ ਦਾ ਕੋਈ ਰਾੜਾ ਵਿੜਾ ਸੈੱਟ ਕਰ ਦੂੰ। ਨਹੀਂ ਨਹੀਂ ਵੇਚ ਕੇ ਖਾ ਜੂ ਕਲਾਸ ਨਾ, ਉਹ ਗੱਲਾਂ ਕਰਦੀ ਆ। ਲੈ ਪਹਿਲਾਂ ਨਾ ਸੋਨਾ ਵੀ ਤਾਂ ਮੇਰੇ ਕੋਲੇ ਹੀ ਆ, ਐਂ ਕਿਵੇਂ ਵੇਚ ਕੇ ਪਾ ਖਾ ਜੂਗਾ? ਉਹ ਕਮਾਲ ਦੀਆਂ ਗੱਲਾਂ ਕਰੀ ਜਾਂਦੀ ਆ ਤੂੰ, ਮੈਨੂੰ ਤਾਂ ਲੱਗਦਾ ਨਹੀਂ ਆ ਡੁਪਲੀਕੇਟ ਤਾਂ ਪਾਈ ਬੈਠੀ ਆ। ਓਹੋ ਜਦੋਂ ਸੋਨਾ ਸਾਰਾ ਤੂੰ ਰੱਖੀ ਬੈਠੀ, ਮੈਂ ਤਾਂ ਡੁਪਲੀਕੇਟ ਹੀ ਪਾਉਣੇ ਨੇ। ਨਹੀਂ ਮੇਰੀ ਗੱਲ ਸੁਣ, ਪੇਕਿਆਂ ਦੇ ਘਰ ਐਸ ਹੁੰਦੀ ਆ, ਮੈਂ ਤੈਨੂੰ ਕਹਿਣੀ ਆ ਵੀ ਉਹਨੂੰ ਜਿੰਨਾ ਚੱਕ ਸੇਕ ਨਹੀਂ ਲੱਗਦਾ ਇੱਥੇ ਬੈਠੀ ਰਹਿ, ਆਪੀ ਖਵਾਊ ਰੋਟੀਆਂ ਉਹਨਾਂ ਨੂੰ। ਹੈਲੋ ਨੀ ਗੱਲ ਸੁਣ ਲੈ, ਉਹ ਮੈਂ ਤਾਂ ਗੱਲ ਤਾਂ ਸੁਣ ਲੈ, 2 ਮਹੀਨੇ ਹੋ ਗਏ ਗਈ ਨੂੰ ਮੇਰੇ ਛਾਲੇ ਦੀ, ਮੈਂ ਤੇਰਾ ਕਰਕੇ ਲੈ ਇੰਡੀ ਆ ਗਿਆ ਗਿਆ ਉਹਨੂੰ। ਨੀ ਪਿਆਰ ਫਿਰ ਇਹ ਟੱਟੂ ਦਾ ਮਾਰਦੀਆਂ ਗੱਲਾਂ ਜੀਆਂ ਕਿਤੇ ਹੈ, ਲੈ ਬੱਲੇ ਨਹੀਂ ਤੇਰੇ ਫਿਰ ਹੁਣ ਤੂੰ ਫਿਰ ਵਿਆਹ ਕਰਾ ਲੈ ਫਿਰ। ਮੇਰੀ ਗੱਲ ਸੁਣ, ਮੇਰੇ ਜਵਾਕ ਵਿਲਕਦੇ ਆ ਠੀਕ ਹੈ ਨਾ, ਰੋਟੀ ਵਿਚਾਰਿਆਂ ਨੂੰ ਮੈਂ ਉਹਦੀ ਮਾਂ ਬਿਨਾ ਉਹ ਔਖੇ ਆ, ਤੂੰ ਮੈਨੂੰ ਕਹਿੰਦੀ ਸੀ ਮੈਂ ਤੇਰੇ ਨਾਲ ਵਿਆਹ ਕਰੂੰ, ਤੂੰ ਤਾਂ ਫਿਰ ਮੁੱਕਰ ਗਈ। ਹੈਲੋ ਮੇਰੇ ਛਾਲੇ ਦੀ, ਪਹਿਲਾਂ ਮੈਨੂੰ ਕਹਿੰਦੀ ਆਪਦੇ ਘਰ ਵਾਲੀ ਨੂੰ ਛੱਡ ਦੇ ਮੈਂ ਤੇਰੇ ਨਾਲ ਵਿਆਹ ਕਰਾਊਂ, ਹੁਣ ਮੇਰੇ ਨਾਲ ਦੀ ਮੁੱਕਰ ਗਈ। ਸਵਿਚ ਆਫ, ਵਟਸਐਪ 'ਤੇ ਲੈ, ਵਟਸਐਪ 'ਤੇ ਲੈ ਮੇਰੇ ਛਾਲੇ ਦੀ, ਵਟਸਐਪ 'ਤੇ ਵੀ ਮੇਰੇ ਛਾਲੇ ਦੀ ਫੋਟੋ ਨਹੀਂ ਦੀਦੀ, ਅੱਗੇ ਤਾਂ ਇਹਦੀ ਫੋਟੋ ਲਾਈ ਵੀ ਸੀ, ਬਲੌਕ ਕਰ ਗਈ।
ਇਹ ਮੇਰੀ ਗੱਲ ਸੁਣ ਲੈ ਭਾਨਾ ਸਿਆ, ਇਹਨਾਂ ਜਣਿਆਂ ਦੀਆਂ ਤਾਂ ਕੀ ਵਿਸ਼ਵਾਸ ਹੈ ਯਾਰ, ਜਿਹੜੀਆਂ ਆਪਦੀ ਮਾਂ ਪਿਓ ਦੀ ਪੱਗ ਰੋਲਦੀਆਂ, ਪਿਓ ਦੀ ਪੱਗ ਨੂੰ ਰੋਲਦੀਆਂ, ਠੀਕ ਹੈ, ਜਿਨ੍ਹਾਂ ਨੇ ਪਾਲ ਪੋਸ ਕੇ 20-22 ਸਾਲ ਦੀ ਕਰੀ ਹੈ ਉਹਨਾਂ ਦੀਆਂ ਨਹੀਂ ਬਣੀਆਂ, ਇਹ ਤੇਰੀ ਕਿੱਥੋਂ ਬਣ ਜੂ ਭਾਨਾ ਸਿਆ? ਉਹ ਬੇਨਾ ਤਾਂ ਹੋਵੇ ਸਭਨੀ ਵੱਜ ਮੇਰੇ ਹਸਲਿਆ, ਡਿੱਗ ਪਾ ਪੈਰੀ ਜਾ ਕੇ ਐਕਸ ਕਰ ਲੂੰ, ਫਿਰ ਵੀ ਜਵਾਕਾਂ ਦੀ ਮਾਂ ਯਾਰ, ਹਲੇ ਹੇ ਚੱਲ ਭਾਦੇ ਹੈ ਕਿ ਨਹੀਂ, ਚੱਲ ਯਾਰ ਚੱਲ ਵੀ ਮੇਰੇ ਐਸ ਵਾਲੇ ਲੈ ਚੱਲ, ਕੁਛ ਨਹੀਂ ਹੁੰਦਾ ਤੇਰੇ ਟੇਰ ਪੜ ਜਾਈ ਤਾਂ ਬੱਸ ਬੈਠ 5:30 7:30 ਵਜੇ ਉੱਥੇ, 8-9 ਦਿਨ ਮੁੜਦਾ ਹੀ ਨਹੀਂ ਸਹੁਰਿਓ ਤੇਰੇ ਟੇਰ ਨਹੀਂ ਭੈਣੇ, ਗੁੱਸੇ ਰਹਿ ਚਾਹੇ ਰਾਜੀ, ਪਰ ਤੇਰੇ ਨਾਲ ਕਿਹੜਾ ਜਿੱਤੇ, ਊਂ ਬੂਟੋ ਇੱਕ ਗੱਲ ਤਾਂ ਹੈਗੀ ਆ, ਕਹਿੰਦੇ ਨਾ ਪਿਆਰ ਦੇ ਦਿਲਾਂ 'ਚ ਤਾਰ ਖੜਕਦੀ ਹੁੰਦੀ ਆ, ਅੱਜ ਤਾਂ ਮੈਨੂੰ ਐਂ ਜੇ ਲੱਗਦਾ ਵੀ ਤੇਰਾ ਜੀ ਜਾਊਗਾ ਅੱਜ। ਅੱਛਾ ਹਾਂ, ਨਹੀਂ ਉਹ ਆਉਂਦਾ ਤੁਰਿਆ ਨਹੀਂ, ਅੱਡੀ ਛੇਤੀ ਕਿਹੜਾ ਉਹ ਗਾਂ ਦੇ ਉੱਤਰੋਂ ਉਤਰਿਆ ਆ, ਦੱਸ ਦੇਖ ਤਾਂ ਲੈ ਇੱਧਰ ਹੋ ਕੇ ਉਹ ਆਉਂਦਾ। ਹਲੇ ਮੈਂ ਤੈਨੂੰ ਕਿਹਾ ਸੀ ਨਾ ਵੀ ਅੱਜ ਆਊਗਾ, ਆ ਆਉਂਦਾ, ਲੜ ਲਾ ਜਿੰਨਾ ਲੜ ਲਾ, ਰੋਟੀਆਂ ਵੱਡੂਗਾ ਤਾਂ ਮੈਥੋਂ ਨਹੀਂ ਰੋਟੀ ਪੱਕਦੀ, ਆਪ ਹੀ ਬਣਾਈ, ਤੂੰ ਤਾਂ ਰੋਟੀ ਪਿੱਛੇ ਪਹਿਲਾਂ ਲੜ ਲੈਂਦਾ ਅੱਗੀ, ਉਹਨੂੰ ਆ ਤਾਂ ਜਾਣਦੇ ਹਲੇ। ਮੇਰੇ ਸਾਲੇ ਦਾ ਦਿਨ ਛੇਪਣ ਵਾਲਾ ਹੋ ਗਿਆ, ਦੋਨੇ ਬੈਠੀਆਂ, ਪਾਪੇ ਹੋਣੀ ਤਾਂ ਹੈ ਨਹੀਂ, ਪਾਪਾ ਮੇਰਾ ਸਾਲਾ ਬੁੜਾ ਦਾ ਬੰਦਾ ਚੰਗਾ, ਟਿਆਰਿਆ ਟਿਆਰਿਆ ਬੈਠੀ ਆ ਭੂਟੋ ਵੀ, ਤੇਰੇ ਸਾਲੇ ਦੀ ਮਰਦੀ ਆ ਤੇਰੇ ਤੋਂ ਭਾਨਿਆ ਭੂਟੋ, ਟਿਆਰਿਆ ਟਿਆਰਿਆ ਅੱਛਾ ਬਾਹਰ ਬੈਠੀਆਂ ਕੱਚੇ ਵਾਲੇ ਪਾਸੇ, ਹੈਂ ਟਿਆਰਿਆ ਟਿਆ ਨਹੀਂ ਨਹੀਂ ਪਾਲਾ ਨੂੰ ਆ ਗਈ ਬਣਿਆ ਆਉਂਦਾ ਨਹੀਂ, ਜੀਜਾ ਜੀ ਆ ਗਏ, ਜੀਜਾ ਜੀ ਆ ਗਏ, ਜੀਜਾ ਜੀ ਆ ਗਏ, ਜੀਜਾ ਜੀ ਆ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਮੇਰੀ ਗੱਲ ਸੁਣ, ਠੀਕ ਆ ਤੂੰ? ਹਾਂ ਵਾਲਾ ਵਧੀਆ, ਇੱਧਰ ਹੋਣੀ ਨਹੀਂ, ਕੀ ਹੋ ਗਿਆ ਤੈਨੂੰ? ਆ 2 ਮਿੰਟ ਤਾਂ ਪਹਿਲਾਂ ਤੂੰ ਕਹਿੰਦੀ ਸੀਗੀ ਅਖੇ ਜੀਜਾ ਸਾਰਾ ਕੁਝ ਵੇਚ ਕੇ ਖਾ ਜਾਊਗਾ ਤੇ ਹੁਣ ਜੱਫੀਆਂ ਪਾਉਣੀ ਆ, ਨਾ ਤੂੰ ਵੀ ਐਂ ਤਾਂ ਕਹਿੰਦੇ ਸੀਗਾ ਮੈਂ ਮੈਨੂੰ ਕੁੱਟਦਾ ਨਹੀਂ, ਸਾਡੀ ਤਾਂ ਮੀਆਂ ਬੀਬੀ ਦੀ ਲੜਾਈ ਆ, ਮੇਰੇ ਗੱਲ ਸੁਣ, ਆਉਣ ਸਾਰੀ ਸੰਗ ਫਸਾ ਲੈ ਫਿਰ, ਨਾ ਤਾਂ ਤੂੰ ਮੇਰੀ ਛੇਛਰੀ ਕਰ, ਨਾ ਮੇਰੇ ਪੈਰੀ ਹੱਥ ਲਾਏ, ਪਤੀ ਪਰਮੇਸ਼ਰ ਮੈਂ ਟੱਟੂ ਦੇ, ਚੱਲ ਨਹੀਂ ਲਾ ਬੇ, ਸਤਿ ਸ੍ਰੀ ਅਕਾਲ ਜੀ, ਅੱਛਾ ਤੇ ਆਉਂਦੀ ਬਾਜ਼ੀ ਦੇ ਵੱਡ ਸਾਗਣ ਹੋਵੇਂ, ਠੀਕ ਹੈ ਜੀ, ਮੇਰੀ ਗੱਲ ਸੁਣੀ, ਇਹ ਕਹਿੰਦੀ ਮੈਨੂੰ ਬਾਹਲਾ ਕੁੱਟਦਾਗਾ, ਆਪ ਵੀ ਕਹਿੰਦੀ ਸੀ ਚਲੋ ਮੈਂ ਤੈਨੂੰ ਕੁੱਟਿਆ, ਇਹ ਕੁੱਟਦੀ ਐ, ਇਹ ਮੈਨੂੰ 6-7 ਵਾਰੀ ਕੁੱਟ ਗਈ, ਨਾ ਮੈਂ ਰੁੱਸ ਕੇ ਐਵੇਂ ਹੀ ਆ ਗਈ, ਮੈਂ ਬਿਨਾਂ ਗੱਲ ਤੋਂ ਹੀ ਉੱਥੋਂ ਆ ਗਈ, ਤੇ ਹੋਰ ਗੱਲਾਂ ਤੇ ਪੜਦਾ ਨਾ ਪਾਇਆ, ਮੈਨੂੰ ਮੈਨੂੰ ਪਤਾ ਸੀ ਵੀ ਇਹ ਚੁਸਤ ਆ ਗਈ, ਇਹ ਤੈਨੂੰ ਕੁੱਟਦੀ ਹੋਊਗੀ, ਹੁਣ ਤਾਂ ਤੂੰ ਇਹਦੇ ਬਾਰੇ ਉਂਗਲਾਂ ਲਾਈ ਜਾਂਦੀ ਸੀ, ਉਹੀ ਗੱਲ ਹੋ ਗਈ ਸਿਆਣਿਆਂ ਦਾ ਕਹਿਣਾ, ਅਖੇ ਹੁਣ ਤਾਂ ਤੀਮੀਆਂ ਦੇ ਵੀ 2 ਪਾਸੇ ਦੰਦੇ ਹੋ ਗਏ, ਨਹੀਂ ਮੇਰਾ ਵੀ ਉਹੀ ਕੰਮ ਹੋ ਗਿਆ, ਗੱਲ ਸੁਣ ਨਹੀਂ, ਫਿਰ ਵੀ ਆਪਣੇ ਘਰ ਦਾ ਜਿਵੇਂ ਆਈ ਆ, ਦੇਖ ਤੂੰ ਆਏਗਾ ਜੀ, ਰਿਸਪੈਕਟ ਕਰਿਆ ਕਰ, ਨਹੀਂ ਤੇਰੇ ਹੁੰਦਾ ਲੈ ਲੈ ਪੇਪੇ ਮਾਰ ਲੈ ਵੀ ਤੇਰੇ ਪਿੱਠ ਪਿੱਛੇ ਇੰਨਾ ਕੁਝ ਬੋਲ, ਮੈਂ ਤੈਨੂੰ ਜਵਾਕਾਂ ਦਾ ਫਿਕਰ, ਠੀਕ ਹੈ ਨਾ, ਮੇਰਾ ਸਾਲਾ ਕਚਕੀਟੂ ਆਰਡਰ ਹੁੰਦਾ, ਦੂਜਾ ਛੋਟਾ ਆਰਡਰ ਹੁੰਦਾ, ਜੀ ਤੂੰ ਕਹਿੰਦਾ ਮੈਂ ਮੰਮੀ ਲੈਣੀ ਆ, ਕੁਰਸੀ ਚੱਕ ਲੈ, ਪੂਰਾ ਕੁਰਸੀ ਚੱਕ ਲੈ, ਤੁਸੀਂ ਇੱਥੇ ਬੈਠੋ, ਮੈਂ ਬੈਠਾ ਬੈਠਾ, ਕੁਰਸੀ ਚੱਕ ਲੈ, ਜੀ ਜਾ ਇੱਥੇ, ਮੇਰੀ ਗੱਲ ਸੁਣੀ, ਬਾਲੀ ਸਿਆਣੀ ਆ ਤੂੰ ਦਾ ਫੂਟੋ, ਮੇਰੀ ਗੱਲ ਸੁਣ, ਕੋ ਕਾਲ ਬੱਤਾ ਪੀਵੇਂਗਾ, ਕੋ ਕਾਲ ਫਾਇਦੇ ਜਾਂ ਗੋਲੀ ਵਾਲੇ ਜਿਹੜੇ ਮਰਜ਼ੀ ਪਿਆਦੇ, ਜਿਹੜੇ ਪਾਣੀ ਨੂੰ ਤੂੰ ਹੱਥ ਲਾਦਾ ਸ਼ਰਬਤ ਬਣ ਜਾਂਦੀ, ਫੂਟੋ ਹੈਗਾ ਬਾਗ ਜਾ ਦੇ ਮਸਕੇ ਨਾਲ ਆ ਤੂੰ ਪਾਣੀ ਦਾ ਗਲਾਸ ਰਿਆ ਦੇ, ਕੋਕਾ ਕੋਲਾ ਹੈ ਨਹੀਂਗਾ ਆਪਣੇ, ਦੇਖ ਲੈ ਹੁਣ ਤੂੰ ਹੀ ਫੁਕਰ ਕਰ ਮਾਰਦੀ ਗੋਲੀ ਵਾਲੇ ਬੱਤੇ ਤੇ ਗੋਕੇ, ਤੂੰ ਲੈ ਆ ਕੋਈ, ਬਹਿ ਜਾ ਕੁਰਸੀ ਲੈ ਲੈ, ਹੈ ਨਹੀਂ ਗੱਲ ਸੁਣ, ਤੂੰ ਤਾਂ ਫਿਰ ਸ਼ਰਮ ਲਾਤੀ, 2 ਮਹੀਨੇ ਹੋ ਗਏ, ਤੂੰ ਤਾਂ ਫਿਰ ਇਹ ਹੁਣ ਤਾਂ ਨਹੀਂ ਲੈਂਦੀ ਤੂੰ, ਬੇ ਆਮਾ ਕੀ ਰੋਜ਼ ਤਾਂ ਜਲੂਸ ਕਰਦਾ ਤੂੰ ਮੇਰਾ, ਰੋਜ਼ ਗੁੱਤ ਪਟਦਾ ਉੱਥੇ, ਲੋਕਾਂ ਮੇਰੇ ਤੇ ਹੱਸਦੀਆਂ ਨੇ, ਤੇ ਤੂੰ ਤੇਰੇ ਤੋਂ ਕੁਝ ਚੱਲਦਾ ਨਹੀਂ, ਚਾ ਕੇ ਥਾਪਾ ਮਾਰਦੀਆਂ ਨਾਸਾਂ ਤੇ, ਥਾਪਾ ਮਾਰਾਂ ਕਿ ਮੈਂ ਥਾਪਾ ਮਾਰਾਂਗੀ, ਠੀਕ ਹੈ ਨਾ, ਠੀਕ ਹੈ ਕਲਜੋਗ ਹੈ, ਠੀਕ ਹੈ ਨਾ, ਮੈਂ ਠੀਕ ਹੈ ਨਸ਼ਿਆਂ ਪੱਤਿਆਂ ਤੇ ਲੱਗ ਗਿਆ, ਠੀਕ ਹੈ ਨਾ, ਗੋਲੀ ਗੱਪਾ ਖਾ ਲੈਣਾ, ਠੀਕ ਹੈ ਕੰਮ ਵੀ ਤਾਂ ਕਰਦਾ, ਹੈ ਫਿਰ ਕੰਮ ਦਾ ਮਤਲਬ ਇਹ ਥੋੜੀ ਹੈ ਇੱਕ ਗੁੱਸਾ ਕਿਸੇ ਦਾ ਤੇ ਲਾਵੇਂ ਤੀਵੀ ਤੇ ਆ ਕੇ ਮੈਨੂੰ ਕੁੱਟਦਾ, ਤੈਨੂੰ ਮੈਂ ਕਿੰਨੀ ਵਾਰ ਆਖਿਆ ਵੀ ਜੇ ਤੈਨੂੰ ਕੋਈ ਬਾਹਰ ਮੇਰੇ ਬਾਰੇ ਕੁਝ ਕਹਿੰਦਾ ਤਾਂ ਤੂੰ ਮੈਨੂੰ ਦੱਸ, ਮੈਂ ਜਾ ਕੇ 2 ਹੱਥ ਕਰੂੰ। ਅੱਛਾ ਪਿੰਡ 'ਚ ਪਤਾ ਕੀ ਕਹਿੰਦੇ ਆ, ਕਹਿੰਦੇ ਜਿਹੜੀ ਭਾਨੇ ਦੇ ਘਰ ਵਾਲੀ ਆ 7 ਵਜੇ ਹੀ ਪਿੰਡ ਦੀਆਂ ਖਬਰਾਂ ਦਿੰਦੇ ਆ, ਫਲਾਨੇ ਦੀ ਨਿਕਲ ਗਈ, ਫਲਾਨੇ ਦੀ ਨੂੰ ਆ ਹੋਇਆ, ਤੈਨੂੰ ਕੀ ਲੋੜ ਆ ਚੁਗਲੀਆਂ ਕਰਨ ਦੀ, ਆਪਦਾ ਰਾਮ ਨਾਲ ਘਰੇ ਕਚਕੀਟੂ ਹੋਣਾ ਨੂੰ ਸਾਹਿਬ, ਕਚਕੀਟੂ ਹੋਣੀ ਆਰਡਰ ਹੁੰਦੇ ਆ ਮੇਰੇ ਸਾਲੇ, ਚੁਗਲੀਆਂ ਕੋਈ ਨਹੀਂ ਕਰਦਾ, ਕੋਈ ਨਹੀਂ ਕਰਦਾ, ਲੋਕਾਂ ਨੂੰ ਪਤਾ ਹੈ ਵੀ ਤੂੰ ਮਗਰ ਲੱਗੂ ਹੈ, ਮੈਂ ਕਿਸੇ ਦੇ ਕੋਈ ਮਗਰ ਨਹੀਂ ਲੱਗਿਆ, ਹੈ ਕੋਈ ਮਗਰ ਨਹੀਂ ਲੱਗਿਆ, ਠੀਕ ਹੈ ਨਾ, ਮੈਂ ਕਿਸੇ ਦੀ ਚੁਗਲੀਆਂ ਕਿਉਂ ਕਰੂੰਗੀ, ਸੁੱਖ ਨਾ ਘਰੇ ਮੱਝਾਂ ਨੇ ਪਸ਼ੂ ਢਾਂਡਾ, ਮੈਂ ਸਾਰਾ ਦਿਨ ਉਹ ਸਾਂਭਦੀ, ਨਾਲੇ ਘਰ ਦਾ ਕੰਮ ਕਰਦੀ, ਨਾਲੇ ਸਾਂਭਦੀ ਜਵਾਕ, ਮੇਰੇ ਕੋਲ ਇੰਨਾ ਕਿੰਨਾ ਕੁ ਟਾਈਮ ਆ, ਟਾਈਮ ਹੈ ਤੈਨੂੰ, ਠੀਕ ਹੈ ਨਾ, ਮੈਂ ਬਾਈ ਕਚਕੀ ਡੂਰੀ ਜੀ ਲਾਉਂਦਾ ਸੀ, ਫਿਰ ਤੇਰਾ ਜਦੋਂ ਤੈਨੂੰ ਪਤਾ ਵਿਆਹ ਹੀ ਆਈ ਹੈ, ਮੈਨੂੰ ਕੀ ਕਹਿੰਦੀ ਹੁੰਦੀ ਸੀ, ਹਾਏ ਹਾਏ ਵੀ ਤੂੰ ਤਾਂ ਮੇਰਾ ਕੋਕਾ ਕੋਲਾ, ਹੁਣ ਮੇਰੇ ਸਾਲੇ ਦੀ ਮੇਰੇ ਚੋਂ ਗੈਸ ਮੁੱਕ ਗਈ, ਗੈਸ ਦਾ ਤਾਂ ਪਤਾ ਨਹੀਂ,
चादरा बने लड़ छड़ मैं दुपट्टा बने काला कुर्ता पाया मेरा साला काले नाग वांगू मेल दा ही तुरे आया मैं ते सफाई सा लेके आई तेरे वास्ते देखी स्वाद कुर्सी खिंच ला तू भी कुर्सी लिया चुगलियां करती सी मेरे को दो घुटा भर पानी दगा चल चल गए मेरा तो अपनी चित लगता न्याण बिना जा परे मैं पांच सात दिन रहूंगा हले कोई नी बेबे बापू है कपड़े कुपड़े ले आया कपड़े तो मैं कुर्ता चादरा ही पाया नीकर बलैन है चल दे फिर तेरी भैन है बीबी दी है मेरी सस दी है गल सुन तू हो जा फिर चल 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 मेरा चल लीड़े बंद कर चल कर लीड़े बंद लीड़े बंद मरी जाओगे तो बारे नहीं आउन दिंदी नहीं जी कर एदे वास्ते कोई मुंडा देखे नु ब्याद गए आपा मैं नहीं करमदी लै गल्ला करदे आ निकल जाओ निकल जाओ हां मैं नहीं करमदी गी गल्ला करदे आ बढ़िया मुंडा आबू ता बीच रहंदे मैं नहीं करमदी ट्रक चलाउंदा बीच होवे चाहे सऊदी च होवे मैं नहीं करमदी क्यों की गल हां सड़ी रहेगी मैं तो सड़ी रहूंगी बड़े पेज जीवन साथी दी लेड़ हुंदी है बेबे बापे होरे कोल कौन मरण वाले हां सत्ता दिल बैठे हां भी कमेंडी मरदा हुंदा तेरा जीजा सही कहंदा मेरी गल सुन लड़ी चुप कर के जुड़े पे इस तरह चाके बग जो इठ मुड़ के कौन पूछदा होर ਉਹਨਾਂ ਦਾ ਪਰਮਾ ਹੈਗਾ ਮੇਰੀ ਗੱਲ ਸੁਣ ਲੈ ਪਰਮੇ ਨੂੰ ਰਿਸ਼ਤਾ ਕਰਾ ਦਿੰਦੇ ਆ ਉਹ ਰਹਿੰਦਾ ਆਪਣੇ ਬਹੁਤ ਵਧੀਆ ਟਰੱਕ ਚਲਾਉਂਦਾ ਠੀਕ ਹੈ ਨਾ ਆਬੂ ਤਾਂ ਵਿੱਚ ਹੈ ਮੇਰੇ ਸ਼ਾਲੇ ਦੀ ਆਬੂ ਤਾਂ ਵਿੱਚ ਨਜ਼ਾਰੇ ਲੈ ਇਹ ਤਾਂ ਵਧੀਆ ਭਾਈ ਆਪਦੇ ਘਰੇ ਹੀ ਖੋਸੋ ਭਗ ਜੋ ਮੈਨੂੰ ਲੋੜ ਹੈਗੀ ਪਾਪਾ ਕਿੱਥੇ ਗਏ ਆਪਦੇ ਘਰੇ ਜਾਓ ਪਾਪਾ ਪਾਪੇ ਹੁਣੀ ਕਿੱਥੇ ਉਹ ਤਾਂ ਗਏ ਹੋਏ ਨੇ ਦੋਨੇ ਨਹਾਉਣ ਮੱਸਿਆ ਤੇ ਅੱਛਾ ਉਹ ਤਾਂ ਰੋਜ਼ ਹੀ ਤੁਰੇ ਰਹਿੰਦੇ ਆ ਕਦੇ 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 ਪਿੱਛੇ ਹੀ ਤੁਰੇ ਫਿਰਦੇ ਆ ਜੀ ਚਲੇ ਮੰਨ ਜੇ ਵਿਆਹ ਨੂੰ ਉਹ ਕਹਿੰਦੇ ਅਸੀਂ ਆਪਦੇ ਜਿਉਂਦੇ ਜੀ ਇਹਨੂੰ ਵੀ ਤੋੜ ਦਈਏ ਚੱਲ ਮੇਰੀ ਗੱਲ ਸੁਣ ਲੈ ਮੈਂ ਤਾਂ ਉਹ ਮੁੰਡੇ ਨਾਲ ਵਿਆਹ ਕਰਾਉਂ ਜਿਹੜਾ ਮੇਰੇ ਪੇਕੇ ਘਰੇ ਰਹੇ ਆਪਾਂ ਵਿਆਹ ਨਹੀਂ ਕਰਾਉਣਾ ਨਾ ਮੈਂ ਦੂਜੇ ਦੇ ਘਰੇ ਰਹਾ ਮੈਂ ਹੀ ਰਹਿਣਾ ਭਾਈ ਨੇ ਰਹਿਣਾ ਹਾਂ ਭਾਈ ਪਰਜਾਈ ਰਹਿਣ ਦੇਣ ਨਾ ਤੇਰੇ ਸੁੱਖ ਨਾਲ ਭਰਾ ਉਹ ਤਾਂ ਅੱਡ ਹੋਏ ਰਹੇ ਨੇ ਹਾਂ ਉਹਨਾਂ ਤੋਂ ਲੈ ਕੇ ਖਾਣਾ ਸੀ ਕੋਸ ਬੜਾ ਮੋਟਾ ਗੁੱਸਾ ਗਿਲਾ ਮਨ ਮੋਟਾਵਾ ਤਾਂ ਅੱਡ ਨੇ ਸਦਾ ਲਈ ਅੱਡ ਨਹੀਂ ਹੈਗੇ ਉਹ ਨਾਲੇ ਚੂਲੜ ਗਿਆ ਸਰਦਾਰਾਂ ਦੀ ਧੀ ਆ ਤੂੰ ਵੀ ਇੱਥੇ ਸਹੁਰੇ ਘਰ ਜਵਾਈ ਰੱਖਣਾ ਹਾਂ ਮਾਪਿਆਂ ਦੀ ਐਸ ਤਾਂ ਮੈਂ ਚੂਲੜੀਆਂ ਸਰਦਾਰਾਂ ਦੀ ਧੀ ਆ ਮਾਪਿਆਂ ਦੀ ਐਸ ਹੋਣੀ ਚਾਹੀਦੀ ਆ ਬੰਨ ਲਾ ਆਪਦੇ ਕਰ ਲੈ ਤਿਆਰੀ ਚਲੋ ਤੁਸੀਂ ਚੱਲ ਗਏ ਹਾਂ ਚਲੋ ਲੀੜੇ ਬੰਨ ਕੇ ਆ ਕਰਾਂ ਲੀੜੇ ਜਾਓ ਭਾਈ ਡੰਡੀ ਲੱਗੋ ਆਪਦੇ ਘਰੇ ਗੱਲ ਤਾਂ ਸੁਣ ਗਈ ਉਹ ਤਾਂ ਲੀੜੇ ਦੇ ਚੱਕਣ ਆਈ ਨੂੰ ਕਰ ਲੈ ਕੁਰਸੀ ਨਾ ਦੱਸ ਕੀ ਗੱਲ ਕਹੀ ਗੱਲ ਤਾਂ ਸੁਣ ਲੈ ਤੇਰੇ ਭਾਪੇ ਦਾ ਵੀ ਫੋਨ ਆਇਆ ਸੀ ਵੀ ਫੂਟ ਵਾਸਤੇ ਰਸਤਾ ਦੇਖ ਇਹ ਵੀ ਮੈਨੂੰ ਜ਼ੋਰ ਲਾਉਂਦੀ ਆ ਵੀ ਰਸਤਾ ਦੇਖ ਲੈ ਮੈਨੂੰ ਤੇ ਤੈਨੂੰ ਤਾਂ ਪਤਾ ਵੀ ਆਪਣਾ ਚੱਕਰ ਚੱਲਦਾ अपना प्यार चल रहा है ठीक है अपना प्यार शेखरां ते फिरदा है ठीक है ना हुण तां सिर्फ माड़ा जिहा टुणका ही लाउणा पापे नाल मैं खौंसले खाने आ बुढ़ा मेरा अपना प्यार कौन तोड़ दूगा करा लूंगा फलाना करवा लूंगा तू आए कर आए कर तू ए पैर पट के दिखा इतो
ਮਾੜੀ ਮੋਟੀ ਸ਼ਰਮ ਕਰ ਆਪਦੀ ਉਮਰ ਦੇਖ ਬੇ ਦੋ ਨਿਆਣਿਆਂ ਦਾ ਬਾਪ ਹੈ ਤੂੰ ਸੁੱਖ ਨਾ ਤੇਰੀ ਤੀਵੀਂ ਤੇਰੇ ਕੋਲੇ ਇੰਨੀ ਸੋਹਣੀ ਸੁਨੱਖੀ ਬੇ ਤੂੰ ਮੇਰੀ ਭੈਣ ਤੇ ਡੋਲੀਆਂ ਪਾਉਣਾ ਨਾ ਉਮਰਾਂ ਚ ਕੀ ਹੋਇਆ ਦਿਲ ਹੋਣਾ ਚਾਹੀਦਾ ਜਵਾਨ ਮੇਰਾ ਸੜਾ ਉਮਰਾਂ ਦਾ ਕੋਈ ਨਹੀਂ ਲੱਗਦਾ ਜਵਾਨ ਦਾ ਨਾ ਤੂੰ ਸੁਣ ਲਈ ਮੇਰੀ ਗੱਲ ਨੀ ਚੁੱਪ ਕਰ ਜਾ ਤੇਰੀ ਗੁੱਤ ਤੇ ਬੈਠਾ ਤੈਨੂੰ ਸ਼ਰਮ ਨਹੀਂ ਆਉਂਦੀ ਘਰੇ ਟੋਆ ਪੜਦੀ ਨੂੰ ਘਰੇ ਤੂੰ ਟੋਹੇ ਚ ਨਾ ਡੇ ਨੀ ਕੋਸ ਜੀ ਬੱਤਿਆ ਟੋਆ ਬਾਹਰ ਬੱਤਿਆ ਜੇ ਬਾਹਰ ਤੋਂ ਅੰਦਰ ਕੇ ਹੁੰਦਾ ਫੇਰ ਤੈਨੂੰ ਅਗਲੀ ਦੇ ਘਰ ਤੇ ਭੈਣ ਵੀ ਆਉਂਦੀ ਹੋਈ ਆ ਕਿਸੇ ਦੀ ਧੜੀ ਕਾਇ ਕਰ ਫਿਰ ਨਾ ਜਾਵਾਂ ਮੈਂ ਤੇ ਨਾ ਜਾਣ ਦੇ ਮੈਂ ਇਹਨੂੰ ਰਹਿ ਛੜਾ ਕਦੇ ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਇੱਥੇ ਮੈਨੂੰ ਕੋਈ ਨਹੀਂ ਨਹੀਂ ਆਉਣਾ ਤੂੰ ਜਮਣ ਜਾਂਦੀ ਹੈ ਜਮਣ ਜਾਂਦੀ ਕੀ ਜਾ ਮੈਂ ਆ ਜੂ ਬੇ ਲੈ ਮੈਂ ਹੀ ਲੈ ਜਾ ਤੂੰ ਜਾ ਕੇ ਦਿਖਾ ਫਿਰ ਮੈਂ ਜਾਉ ਮਾਸੀ ਵੀ ਮਾਂ ਹੀ ਹੁੰਦੀ ਹੈ ਕਚਕੀ ਟੂਹੜਾ ਨੂੰ ਇਹ ਸਾਹਬ ਨੂੰ ਬੇ ਤੂੰ ਸ਼ਰਮ ਕਰ ਲੈ ਸ਼ਰਮ ਸ਼ਰਮ ਕਰ ਲੈ ਤੂੰ ਕਰ ਲੈ 2 ਮਹੀਨੇ ਹੋ ਗਏ ਇੱਥੇ ਬੈਠੀ ਨੂੰ ਤਾਂ ਨਹੀਂ ਆਉਂਦੀ ਕਿਸੇ ਨਾਲ ਤਾਂ ਸੈੱਟ ਹੋਏਗੀ ਜੀ ਜਾ ਕਰੇ ਲੈ ਜਾ ਮੈਨੂੰ ਹੈ ਹਾਂ ਕੁੜੀ ਇਸ ਕੇ ਲੈ ਜਾ ਮੈਂ ਤਾਂ ਤੂੰ ਚੱਲਣਾ ਦਾ ਚੱਲ ਠੀਕ ਹੈ ਨਾ ਮੈਨੂੰ ਲੈ ਚੱਲ ਕੀ ਗੱਲ ਦੱਸੀ ਨਹੀਂ ਫਿਰ ਗੱਲ ਕਰਦੀ ਹੈ ਤੂੰ ਕਹਿੰਦੇ ਵੱਡੀ ਬਣੀ ਹੈ ਤੂੰ ਕਹਿੰਦੇ ਤੈਨੂੰ ਲੱਗਦਾ ਵੀ ਕਹਿੰਦੀ ਮੈਂ ਜਾ ਤੂੰ ਟਿਕ ਜਾ ਮੈਂ ਤੈਨੂੰ ਕਹੀ ਜਾਨੀ ਨਹੀਂ ਮੈਂ ਤਾਂ ਟਿਕੀ ਬੈਠੀ ਆ ਮੈਂ ਜੇ ਲੋਕ ਥੂ ਥੂ ਕਰਨਗੇ ਸਾਰੇ ਪਿੰਡ ਦੇ ਨਹੀਂ ਕਰਕੇ ਦਿਖਾਉਂਦੇ ਬਣਿਆ ਨਾ ਜੇ ਵੀ ਮਾਰ ਤੂੰ ਤਾਂ ਹਾਂ ਕਰਕੇ ਦਿਖਾਉਂਦੇ ਕਿਸੇ ਨੂੰ ਲੋਕਾਂ ਨੂੰ ਹਾਂ ਲੱਗਦਾ ਤੇ ਮੇਰੀ ਗੱਲ ਮੈਂ ਕਹਿੰਦੇ ਤੇਰੇ ਹੱਥੇ ਮੁੰਡੇ ਮੁੱਕ ਨਾ ਮੇਰੀ ਗੱਲ ਸੁਣ ਜੀਜਾ ਮੇਰਾ ਮੈਂ ਮੇਰੇ ਪਸੰਦ ਆ ਮੈਨੂੰ ਤੇ ਇਹੀ ਪਸੰਦ ਆ ਮੈਂ ਤਾਂ ਕਿਸੇ ਨਾਲ ਨਹੀਂ ਵਿਆਹ ਮੇਰੇ ਚ ਮੇਰੇ ਸੜ ਦੀ ਗੈਸ ਮੁੱਕ ਗਈ ਹਾਂ ਪਹਿਲੀ ਸਿਰਫ ਸਹੀ ਗੱਲ ਆ ਜੀਜਾ ਜੀਜਾ ਸਹੀ ਗੱਲ ਆ ਤੇਰੇ ਹਾਂ ਫੇਰ ਹਾਂ ਠੀਕ ਆ ਚੱਲ ਹੁਣ ਤੂੰ ਜਾਣਾ ਨਹੀਂ ਚੱਲ ਮੈਂ ਤੈਨੂੰ ਚੱਲ ਚੱਕ ਨਹੀਂ ਰਿਹਾ ਚੱਲ ਜੀਜਾ ਮੈਂ ਆਉਂ ਲੋੜ ਨਹੀਂ ਹੈਗੀ ਹੁਣ ਜਾਂਦੀ ਨਹੀਂ ਮੈਂ ਤਾਂ ਨਹੀਂ ਚੱਲ ਚੱਲ ਮੈਂ ਜਾਂਦੀ ਚੱਲ ਆ ਚੱਲ ਕੇ ਫਿਰ ਆ ਜਾ ਚੱਲ ਜਦੋਂ ਮੈਂ ਜਾਂਦੀ ਹਾਂ ਨਹੀਂ ਜਾਂਦੀ ਪਚਾਈਤਾਂ ਇਕੱਠੀਆਂ ਕਰੂੰ ਠੀਕ ਆ ਨਾ ਦੋਨੇ ਲੈ ਕੇ ਜਾਉਂ ਹਾਂ ਤੁਰ 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 ਤੂੰ ਮੇਰੇ ਹੜੇ ਦਾ ਬੰਦੇ ਕਲੈਰੀਆਂ ਇੱਕ ਵਾਰ ਵਰਦੇ ਨਹੀਂ ਅਸੀਂ ਇੱਥੇ ਹਾਂ ਆ ਜਾ ਚੱਲ ਆ ਜਾ ਹਾਂ ਆ ਜਾ ਕੋਈ ਨਹੀਂ ਪੁੱਟਾ ਬੇਫਿਕਰ ਹੋ ਜਾ ਠੀਕ ਆ ਤੇਰੇ ਕੀ ਹੈ ਆ ਜਾ ਤੂੰ ਬਸ ਲੰਘਣ ਵਾਲੀ ਹੈ ਹੈ ਤੇਰੀ ਸਹੁਰੇ ਗੱਲ ਸੁਣ ਤੈਨੂੰ ਗਲਤ ਤੂੰ ਗਲਤ ਸੁਣ ਲੈ ਮਨ ਗੱਲ ਉਰੇ ਉਰੇ ਆ ਜਾ ਕਰੇ ਉੱਥੇ ਆ ਜਾ ਇਧਰਲੇ ਪਾਸੇ ਵਿਹਲੀ ਚ ਆ ਜਾ ਗੱਲ ਤਾਂ ਸੁਣ ਲੈ ਤੇਰੇ ਮੈਂ ਦਿਮਾਗ ਚ ਗੱਲ ਕੀ ਵਾਰਦਾ ਸੁੱਡ ਲੈ ਦਿਮਾਗ ਤੋਂ ਕੰਮ ਲੈ ਲੈ ਠੀਕ ਹੈ ਨਾ ਇੱਕ ਮਿੰਟ ਹਲੋ ਇੱਥੇ ਬੈਠ ਇੱਥੇ ਬੈਠ ਇੱਥੇ ਇੱਥੇ ਬਹਿ ਜਾ ਇੱਥੇ ਬੈਠ ਤੂੰ ਬੈਠ ਹੈ ਨਾ ਭੂਟੋ ਤਾਂ ਹੁਣ ਹੈ ਨਹੀਂ ਕਿ ਇੱਥੇ ਦੇਖ ਉਹ ਤਾਂ ਉੱਥੇ ਬੈਠੀ ਆ ਉਹ ਤਾਂ ਬੈਠੀ ਰਹਿਣ ਦੇ 26 ਕਿੱਲੇ ਜ਼ਮੀਨ ਦੇ ਆ ਤੁਹਾਡੇ ਕੋਲੇ ਹਾਂ ਝੋਟੇ ਦੇ ਸਿਰ ਅਰਗੇ ਸ਼ਹਿਰੀ ਜਾਇਦਾਦ ਹੈ ਕੱਲ ਨੂੰ ਕੋਈ ਹੋਰ ਬੰਦਾ ਆਊ ਐਡੀ ਵੱਡੀ ਹਵੇਲੀ ਆ ਨਾਲੇ ਇਹ ਵੰਡੀ ਜਾਊ ਨਾਲੇ ਅਗਲਾ ਜ਼ਮੀਨ ਲੈ ਜਾਊ 26 ਆਪਣੇ ਕੋਲੇ 2 ਮੁੰਡੇ ਆ ਠੀਕ ਹੈ ਨਾ 10 ਕਿੱਲੇ ਮੇਰੇ ਕੋਲੇ 26 ਤੇ 36 ਹੋ ਗਏ 16 17 ਕਿੱਲੇ ਆਉਣਗੇ ਨਾ 18 ਬੇ ਤੂੰ ਕਾਨੂੰ ਮੇਰੇ ਪੇਕਿਆਂ ਦੀ ਜਾਇਦਾਦ ਤੇ ਅੱਖ ਰੱਖੀ ਐ ਮੇਰਾ ਭਾਈ ਹੈਗਾ ਨਾ ਮੇਰਾ ਭਾਈ ਰੱਖੂਗਾ ਜੀ ਤੇਰਾ ਭਾਈ ਤਾਂ ਕਹਿੰਦਾ ਮੈਂ ਉੱਥੇ ਅਲਬਲਾਨ ਚ ਜਾਣਾ ਮੈਂ ਤਾਂ ਅਲਬਲਾਨ ਚ ਜ਼ਿੰਦਗੀ ਕੱਢਣੀ ਕੀ ਲੈਣਾ ਤਾਂ ਕੀ ਲੈਣਾ ਮੇਰੇ ਘਰ ਦੀਆਂ ਮੰਡੀਆਂ ਪਾ ਕੇ ਗਲਤ ਸੁਣ ਨਹੀਂ ਮੇਰੀ ਗੱਲ ਸੁਣ ਦੇਖ ਲੈ ਦਿਮਾਗ ਤੋਂ ਕੰਮ ਲੈ ਜੇ ਉਹ ਕਰੇ ਆ ਜੂ ਨਾਲੇ ਤਾਂ ਤੂੰ ਐਸ਼ ਕਰੇਗੀ ਰਾਮ ਨਾਲ ਬੈਠੀ ਨੇ ਆਰਡਰ ਚਲਾਇਆ ਨਹੀਂ ਰੋਟੀ ਲਾ ਦੇ ਮੰਜੇ ਤੇ ਬੈਠੀ ਨੂੰ ਤੈਨੂੰ ਚਾਹ ਮੰਜੇ ਤੇ ਬੈਠੀ ਨੂੰ ਤੈਨੂੰ ਰੋਟੀ ਆਰਡਰ ਤਾਂ ਤੂੰ ਚਲਾਈ ਜਾਂਦਾ ਸੀ ਉਹ ਛੋਟੀ ਲਿਆ ਨੂੰ ਫਿਰਦਾ ਓਏ ਉਹੀ ਤਾਂ ਕਹਿੰਦਾ ਜੇ ਮੇਰੀ ਗੱਲ ਸੁਣ ਤੇਰੀ ਭੈਣ ਹੈ ਤੇਰੇ ਕੋਲੇ ਨਾਲੇ ਤੁਹਾਡਾ ਦੋਨਾਂ ਭੈਣਾਂ ਦਾ ਜੀ ਲੱਗੂ ਨਾਲੇ ਸਰਦਾਰ ਨਹੀਂ ਬਣੇਗੀ ਨਾਲੇ ਕਿਚਕੀ ਹੋਣਾ ਦੀ ਜ਼ਿੰਦਗੀ ਮੈਂ ਤਾਂ ਜੀ ਲਵਾਉਣ ਦੀ ਲੋੜ ਨਹੀਂ ਮੇਰਾ ਤਾਂ ਟੱਬਰ ਬਹੁਤ ਹੈ ਮੈਨੂੰ ਤਾਂ ਲੋੜ ਨਹੀਂ ਮੈਨੂੰ ਤਾਂ ਇਹ ਲੱਗਦਾ ਵੀ ਜੀ ਤਾਂ ਤੇਰਾ ਨਹੀਂ ਲੱਗਦਾ ਹਾਂ ਉਹ ਮੈਂ ਤਾਂ ਕਿਚਕੀਟੂ ਜਵਾਕਾਂ ਬਾਰੇ ਸਾਰੀ ਦੁਨੀਆ ਸੋਚਦੀ ਆ ਮੈਂ ਤਾਂ ਕਿਚਕੀਟੂ ਹੋਣਾ ਬਾਰੇ ਮਰਦਾ ਬਾਰੇ ਤੂੰ ਕਿਉਂ ਸੋਚਦਾ ਉਹਨਾਂ ਦੀ ਮਾਂ ਹੈਗੀ ਉਹ ਸੋਚੂਗੀ ਅੱਛਾ ਪਿਓ ਮੇਰਾ ਸਾਲਾ ਫਿਰ ਲੰਡੂ ਹੀ ਆ ਪਿਓ ਨਾ ਸੋਚੇ ਮਾਂ ਸੋਚੇ ਹਾਂ ਹਾਏ ਹਾਏ ਬੇ ਤੇਰਾ ਦਿਮਾਗ ਕਿੱਥੇ ਭੱਗ ਗਿਆ ਤੂੰ ਕੀ ਖਾ ਲਿਆ ਇਹ ਜਾ ਹਾਂ ਕਰਦੇ ਮੇਰੀ ਗੱਲ ਸੁਣ ਤੂੰ ਹਾਂ ਕਰਦੇ ਤੇਰੇ ਪਿਓ ਨੂੰ ਤੇ ਤੇਰੀ ਮਾਂ ਨੂੰ ਭੀੜੂ ਆਪੇ ਬਣਾ ਲੂ ਤੂੰ ਹਾਂ ਕਹਿਤਾ ਜਾ ਪਰ ਤੂੰ ਗੱਲ ਤਾਂ ਸੁਣ ਲੈ ਮੰਨ ਜਾ ਗੱਲ ਨਾ 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 ਕੱਲ ਨੂੰ ਬਗਾਨਾ ਬੰਦਾ ਆ ਗਿਆ ਕੀ ਪਤਾ ਵਿਚਾਰੀ ਵਿਚਾਰੀ ਦੀ ਜ਼ਿੰਦਗੀ ਖਰਾਬ ਹੋ ਜੇ ਹੈ ਠੀਕ ਹੈ ਨਾ ਆ ਮੈਂ ਤਾਂ ਹਿੰਡਿਆ ਵਰਤਿਆ ਮੇਰੇ ਲੱਸਣਾਂ ਦਾ ਪਤਾ ਮੇਰੀਆਂ ਕੁਆਲਟੀਆਂ ਦਾ ਪਤਾ ਤੁਹਾਨੂੰ ਤੇਰੇ ਲੱਛਣ ਦਾ ਪਤਾ ਤੇਰੇ ਤੇਰੀਆਂ ਕੁਆਲਟੀਆਂ ਪਤਾ ਅਗਲੀ ਤਾਂ ਹੀ ਤੱਕ ਉਹ ਤੇ ਫਿਰਦੀ ਤੇਰੇ ਮਾਰ ਨਾ ਕਰ ਸਾਰੇ ਨਸ਼ੇ ਛੱਡ ਦੂੰ ਠੀਕ ਹੈ ਨਾ ਐ ਤੈਨੂੰ ਸਰਦਾਰ ਨਹੀਂ ਬਣਾ ਕੇ ਰੱਖੂੰ ਸੋਨਾ ਪਾ ਕੇ ਰੱਖੂੰ ਕਾਰ ਤੈਨੂੰ ਸਵਿਫਟ ਡਿਜ਼ਾਇਰ ਲੈ ਦੂੰ ਵਿੱਚ ਘੁੰਮਿਆ ਕਰੀ ਠੀਕ ਹੈ ਨਾ ਸਿਰਦੇਦਾਰ ਨਹੀਂ ਬਣ ਕੇ ਰਹੀ ਅਸੀਂ ਆਪੇ ਕੰਮ ਕਰਾਂਗੇ ਇਹ ਹੈ ਫਿਰ
चंगा।